ਮੋਗਾ ਜ਼ਿਲ੍ਹਾ ਦੇ ਪਿੰਡ ਤਲਵੰਡੀ ਭਗੇਰੀਆਂ ਦੇ ਸਰਕਾਰੀ ਸਕੂਲ ਦੇ ਪੰਜਾਬੀ ਅਧਿਆਪਕ ਨੂੰ ਲੜਕਿਆਂ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਤਲਵੰਡੀ ਭਗੇਰੀਆਂ ਦੇ ਸਰਕਾਰੀ ਸਕੂਲ ਦੇ ਪੰਜਾਬੀ ਟੀਚਰ ਨੂੰ ਲੜਕਿਆਂ ਵੱਲੋਂ ਕੁੱਟਿਆ ਗਿਆ, ਜਿੱਥੇ ਮੌਕੇ ਤੇ ਪਹੁੰਚ ਕੇ ਜਾਣਕਾਰੀ ਮਿਲੀ ਕਿ ਮਾਸਟਰ ਦੁਆਰਾ ਸਕੂਲ ਦੀ ਵਿਦਿਆਰਥਣ ਮਾਸਟਰ ਨੂੰ ਕੁੱਟ ਦਿੱਤਾ ਗਿਆ। ਉੱਥੇ ਹੀ ਦੋਨਾਂ ਧਿਰਾਂ ਵਿੱਚੋਂ ਕਿਸੇ ਨੇ ਵੀ ਕੋਈ ਲਿਖਤੀ ਬਿਆਨ ਨਹੀਂ ਦਿੱਤਾ, ਜਿਸ ਦੇ ਕਰਕੇ ਅੱਗੇ ਦੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਮੌਕੇ ਤੇ ਪਹੁੰਚੇ DEO ਨਾਲ ਜਦੋਂ ਪੱਤਰਕਾਰਾਂ ਦੁਆਰਾ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਗੱਲ ਦੱਸਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਮਾਸਟਰ ਨਾਲ ਕੁੱਟਮਾਰ ਤਾਂ ਕੀਤੀ ਗਈ ਪਰ ਕੁੱਟਮਾਰ ਦੀ ਵਜ੍ਹਾ ਉਹਨਾਂ ਨੂੰ ਨਹੀਂ ਪਤਾ। ਮੋਗੇ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਨਹੀਂ ਸਰ, ਤੁਸੀਂ ਮੌਕੇ ਤੇ ਆਇਓ ਕਿ ਮੌਕੇ ਤੇ ਮੈਂ ਹੀ ਨਹੀਂ ਹੁਣ ਜਾਣਕਾਰੀ ਇਸ ਮੌਕੇ ਦਾ ਚੱਲ ਰਹੀ ਹੈ, ਉਸ ਗੱਲ ਦੇ ਵਿੱਚ ਹੁਣ ਆਇਆ ਮੈਂ, ਹੁਣ ਅਸੀਂ ਗੱਲਬਾਤ ਦੇਖ ਰਹੇ ਹਾਂ ਵੀ ਕੀ ਗੱਲ ਕੀ ਗੱਲ ਹੈ। ਇਹਨੇ ਕੀ ਦੱਸਿਆ ਕੀ ਹੈ ਜੀ ਪਹਿਲਾਂ ਕੋਈ ਮੁੱਢਲੀ ਜਾਣ? ਅਜੇ ਉਹਨਾਂ ਨਾਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੁਹਾਡੇ ਮਾਸਟਰ ਜੀ ਨਾਲ ਤਾਂ ਕੁੱਟਮਾਰ ਹੋਈ ਹੈ, ਉਹਨਾਂ ਨਾਲ ਤੁਹਾਡੀ ਕੋਈ ਗੱਲ ਨਹੀਂ ਹੋਈ ਜੀ? ਅਜੇ ਕੋਈ ਗੱਲ ਨਹੀਂ, ਉਹਨਾਂ ਕੋਲ ਹੈ ਨਾ ਜੋ।